حضرت مولانا ندیم احمد شاکر صاحب خطیب اعظم لاہور او آن اور اپنے مخصوص انداز دنال بیان فرمان جناب محترم حضرت مولانا قاری ندیم احمد شاکر صاحب. السلام علیکم ورحمت اللہ وبرکاتہ. الحمدللہ رب الارباب ومسبب الاسباب غافر الذنب وقابل التوب شديد العقاب أما بعد فأعوذ بالله السميع العليم من الشيطان الرجيم. قال الله تعالى في القرآن المجيد والفرقان الحميد ولمن خاف مقام ربه جنتان. مٹی تیری زندگی بندیاں مٹی تیری زندگی بندیا مٹی موت دا گہنا مٹی تیری زندگی بندیا مٹی موت دا گہنا مٹی تو انمول پاویں پر مٹی مول نہیں پینا مٹی دے نل مٹی ہو جا مٹی تو کی لینا آخر مٹیو مٹی ہو کے تے مٹی دے وچ جانا. اکو شرط ہے اللہ دا دین رہ جائے اون دی آن رہ جائے اون دی شان رہ جائے. اکو شرط ہے اللہ دا دین رہ جائے قرآن رہ جائے اسلام رہ جائے. لٹی جائے پاویں دنیا کائنات ساری عرش والے دی زندہ توحید رہ جائے. او دو جملے اس مالک دی توفیق نال میں خود ایک دعائیہ انداز نال اور مکے مدینے دی شان در لکھی اس نو بیان کر کے اپنی بات نو اگے چلاما غور کریا جی. مالکا معاف کر دے خطاواں ساریاں مالکا معاف کر دے خطاواں ساریاں خالقہ حرم ویکھنے اکھاں ساریاں. ایک واری اونچی آواز نال کہ سبحان اللہ نانا ذوق نال کہ سبحان اللہ اگر سینہ ٹھریا تے ہاتھ اٹھا کے کہ سبحان اللہ. مالکا معاف کر دے خطاواں ساریاں خالقہ حرم ویکھنے اکھاں ساریاں میرے دل وچ بڑیاں چاواں میرے دل وچ بڑیاں چاواں میں بھی شہر مکے نوں جاواں میرے دل وچ بڑیاں چاواں میں بھی شہر مکے نوں جاواں بیت اللہ دے چکر لاواں بیت اللہ دے چکر لاواں رو رو تے عرضاں سناواں. مالکا معاف کر دے خطاواں ساریاں خالقہ حرم ویکھنے اکھاں ساریاں. اوے پتھر چم ٹھنڈ پاواں سینے پتھر چم ٹھنڈ پاواں سینے اللہ لے جا اسے مہینے. اوے پتھر چم ٹھنڈ پاواں سینے اللہ لے جا اسی مہینے بیت اللہ دے سامنے کھلوواں اوتھوں کدی میں دور نہ ہواں. مالکا معاف کر دے خطاواں ساریاں خالقہ حرم ویکھنے اکھاں ساریاں. ساری دنیا جس تھاں جھکدی ساری دنیا جس تھاں جھکدی جتھے دکھیاں دی
ਦੀ ਗੱਲ ਮੁੱਕਦੀ ਮੈਂ ਵੀ ਉਸ ਦੁਆਰੇ ਜਾਵਾਂ, ਮੈਂ ਵੀ ਉਸ ਦੁਆਰੇ ਜਾਵਾਂ, ਮੁੜ ਕੇ ਫੇਰ ਕਦੀ ਨਾ ਆਵਾਂ। ਮਾਲਕਾ ਮਾਫ ਕਰ ਦੇ ਖਤਾਵਾਂ ਸਾਰੀਆਂ, ਖਾਲਕਾ ਹਰਮ ਵੇਖਣੇ ਅੱਖਾਂ ਸਾਰੀਆਂ। ਮਾਸ਼ਾਅੱਲਾ ਮੇਰੀ ਜਮਾਤ ਦੇ ਅਜ਼ੀਮ ਸ਼ਾਇਰ ਅਬਦੁਲ ਵਹਾਬ ਸਦੀਕੀ ਸਾਹਿਬ ਆਏ ਨੇ, ਇਹ ਕਲਾਮੇ ਸ਼ਾਕਰ ਵੀ ਦੋ ਚਾਰ ਜੁਮਲੇ ਸੁਣ ਲਓ। ਮਾਲਕਾ ਮਾਫ ਕਰ ਦੇ ਖਤਾਵਾਂ ਸਾਰੀਆਂ, ਖਾਲਕਾ ਹਰਮ ਵੇਖਣੇ ਅੱਖਾਂ ਸਾਰੀਆਂ। ਨਦੀਮ ਸ਼ਾਕਿਰ ਆਸਾਂ ਰੱਖੀਆਂ, ਨਦੀਮ ਸ਼ਾਕਿਰ ਆਸਾਂ ਰੱਖੀਆਂ, ਕਾਬਾ ਤੇਰਾ ਵੇਖਣ ਅੱਖੀਆਂ। ਨਦੀਮ ਸ਼ਾਕਿਰ ਆਸਾਂ ਰੱਖੀਆਂ, ਨਦੀਮ ਸ਼ਾਕਿਰ ਆਸਾਂ ਰੱਖੀਆਂ, ਕਾਬਾ ਤੇਰਾ ਵੇਖਣ ਅੱਖੀਆਂ। ਪਿਆਰ ਇਸ ਦੁਨੀਆ ਦਾ ਦਿਲ ਵਿੱਚ ਕੱਢ ਕੇ, ਪਿਆਰ ਇਸ ਦੁਨੀਆ ਦਾ ਦਿਲ ਵਿੱਚ ਕੱਢ ਕੇ, ਨਾਲ ਸਾਰੀ ਦੁਨੀਆ ਛੱਡ ਕੇ। ਮਾਲਕਾ ਮਾਫ ਕਰ ਦੇ ਖਤਾਵਾਂ ਸਾਰੀਆਂ, ਖਾਲਕਾ ਹਰਮ ਵੇਖਣੇ ਅੱਖਾਂ ਸਾਰੀਆਂ। ਸਦਾ ਕੱਲਾਹੁ ਲਾਜ਼ੀਮ, ਹਰ ਕਿਸਮ ਦੀ ਹਮਦੋ ਸਨਾ ਅੱਲਾ ਜੱਲਾ ਸ਼ਾਨੁਹੁ ਦੀ ਜ਼ਾਤ ਵਾਸਤੇ, ਔਰ ਦਰੂਦ ਓ ਸਲਾਮ ਇਮਾਮ ਉਲ ਅੰਬੀਆ ਖਤੀਬ ਉਲ ਅੰਬੀਆ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਗਿਰਾਮੀ ਤੇ ਲੱਖਾਂ ਕਰੋੜਾਂ ਹਜ਼ਾਰਾਂ ਬੇਸ਼ੁਮਾਰਾ ਦਰੂਦ ਓ ਸਲਾਮ ਦਾ ਨਜ਼ੂਲ ਹੋਈ। ਦੋਸਤੋ, ਬਜ਼ੁਰਗੋ, ਨੌਜਵਾਨ ਸਾਥੀਓ, ਅਜ਼ੀਜ਼ ਤੁਲਾਬਾ, ਔਰ ਮੇਰੀ ਇਸਲਾਮੀ ਰੂਹਾਨੀ ਮਾਂ ਔਰ ਬਹਿਨੋ, ਤੁਹਾਡੇ ਸਾਹਮਣੇ ਅੱਲਾ ਦੇ ਕੁਰਾਨ ਦੀ ਇੱਕ ਐਤੇ ਕਰੀਮਾ ਤਿਲਾਵਤ ਕੀਤੀ ਏ। ਮੈਂ ਚੰਦ ਮਿੰਟਾਂ ਅੰਦਰ ਆਪਣੀ ਬਾਤ ਨੂੰ ਖਤਮ ਕਰਨਾ ਏ। ਮੈਂ ਸ਼ੁਕਰ ਗੁਜ਼ਾਰ ਹਾਂ ਆਪਣੇ ਫਾਜ਼ਲ ਭਾਈ ਮੁਹਤਰਮ ਜਨਾਬ ਹਾਫਿਜ਼ ਮਲਕ ਸਾਦਿਕ ਸਾਹਿਬ ਦਾ, ਔਰ ਮੌਲਾਨਾ ਸਲਮਾਨ ਕਾਸ਼ਿਫ ਸਾਹਿਬ ਕਾਸ਼ਿਫ ਸਲਮਾਨ ਸਾਹਿਬ, ਔਰ ਮੌਲਾਨਾ ਨਦੀਮ ਕਾਸਮੀ ਸਾਹਿਬ, ਦੀਗਰ ਰੁਫਾਕਾ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ। ਇਨਸ਼ਾਅੱਲਾ ਹਾਫਿਜ਼ ਸਾਹਿਬ, ਇਹ ਪਤਾ ਤੇ ਮਰਨ ਤੋਂ ਬਾਅਦ ਲੱਗਣਾ ਏ ਕਿ ਦੀਨ ਤੇ ਖਰਚ ਕਰਨ ਦਾ ਅੱਲਾ ਨੇ ਕੀ ਮੁੱਲ ਪਾਉਣਾ ਏ। ਅੱਲਾ ਪਾਕ ਇਹਨਾਂ ਦੀ ਮੁਹੱਬਤ ਕਬੂਲ ਕਰੇ। ਮੈਂ ਸਿਰਫ ਤੁਹਾਡੇ ਸਾਹਮਣੇ ਸਹਾਬਾ ਕਰਾਮ ਦੇ ਆਂਸੂ ਬਿਆਨ ਕਰਨੇ ਨੇ। ਨਬੀ ਪਾਕ ਦਾ ਮੁਸਕੁਰਾਣਾ ਵੀ ਦੀਨ ਤੇ ਆਪ ਦੇ ਆਂਸੂ ਬਹਾਣਾ ਵੀ ਦੀਨ। ਮੈਂ ਸਹਾਬਾ ਕਰਾਮ ਦੇ ਚੰਦ ਉਹ ਵਾਕਿਆ ਜਿੱਥੇ ਉਹਨਾਂ ਨੇ ਆਂਸੂ ਬਹਾਏ ਬਿਆਨ ਕਰਕੇ ਇਜਾਜ਼ਤ ਚਾਹਾਂਗਾ, ਗੌਰ ਕਰਿਆ ਜੇ। ਆ ਮੇਰੇ ਮੁਸਲਮਾਨ ਵੀਰੇ, ਇਮਾਮੁਲ ਅੰਬੀਆ ਖਤੀਬੁਲ ਅੰਬੀਆ ਸੈਯਦੁਲ ਬਸ਼ਰ ਨਾਲ ਪਿਆਰ ਕਰਨ ਵਾਲਿਆ, ਹਸਨੈਨ ਕਰੀਮੈਨ ਦੇ ਨਾਨਾ ਜਾਨ ਨਾਲ ਪਿਆਰ ਕਰਨ ਵਾਲਿਆ, ਮੇਰੇ ਨਬੀ ਦੇ ਅਦਨਾ ਇਸ਼ਾਰੇ ਤੇ ਆਪਣੀ ਜਾਨ ਕੁਰਬਾਨ ਕਰਨ ਵਾਲਿਆ, ਰੱਬੇ ਕਾਇਨਾਤ ਨੇ ਐਲਾਨ ਫਰਮਾਇਆ, ਵਾਯਖਿਰੂਨਾ ਲਿਲ ਅਜ਼ਕਾਨੀ ਯਬਕੂਨਾ ਵਾਯਜ਼ੀਦੁਹੁਮ ਖੁਸ਼ੂਆ। ਫਰਮਾਇਆ ਜੇ ਅੱਲਾ ਤੋਂ ਡਰਨ ਵਾਲੇ ਨੇ ਉਹ ਠੋਡੀਆਂ ਦੇ ਬਲ ਜ਼ਮੀਨ ਤੇ ਗਿਰ ਪੈਂਦੇ ਨੇ, ਆਨਸੂ ਬਹਾਉਂਦੇ ਨੇ। ਅੱਲਾਹੁ ਅਕਬਰ ਕਬੀਰਾ, ਗੌਰ ਕਰਿਆ ਜੇ, ਕੌਣ ਨਹੀਂ ਜਾਣਦਾ ਨਬੀ ਪਾਕ ਦਾ ਯਾਰੇ ਗਾਰ ਹਜ਼ਰਤ ਸਦੀਕੇ ਅਕਬਰ ਰਜ਼ੀ ਅੱਲਾਹੁ ਤਾਲਾ ਨੂੰ। ਗੌਰ ਕਰਿਆ ਜੇ, ਅੱਲਾਹ ਦੇ ਪਾਕ ਪੈਗੰਬਰ ਦੇ ਨਾਲ ਸਫ਼ਰ ਦੇ ਨਾਲ ਹਜ਼ਰ ਦੇ ਨਾਲ ਕਬਰ ਦੇ ਅੰਦਰ ਵੀ ਮਜ਼ਾਰ ਇਕੱਠਾ ਬਣਿਆ ਵੇ, ਮੇਰੇ ਨਬੀ ਦਾ ਇੰਨਾ ਅਜ਼ੀਮ ਸਿਆਬ ਏ ਕਿ ਨਬੀ ਪਾਕ ਨੇ ਫਰਮਾਇਆ, ਅਫਜ਼ਲੁਲ ਬਸ਼ਰੀ ਬਾਦਿਲ ਅੰਬੀਆਈ ਅਬੂ ਬਕਰੀ ਨੀ ਸਦੀਕੀ ਰਜ਼ੀ ਅੱਲਾਹੁ ਤਾਲਾ ਨੂੰ। ਫਰਮਾਇਆ ਮੇਰੇ ਸਿਹਾਬੀਓ, ਅੱਲਾਹ ਪਾਕ ਨੇ ਜਿੰਨੇ ਨਬੀ ਪੈਗੰਬਰ ਰਸੂਲ ਮਬੂਸ ਫਰਮਾਏ ਨੇ, ਸਾਰੇ ਨਬੀਆਂ ਤੋਂ ਬਾਅਦ ਸਾਰੇ ਨਬੀਆਂ ਦੀਆਂ ਉਮਤਾਂ ਵਿੱਚੋਂ ਅਗਰ ਕੋਈ ਅਫਜ਼ਲ ਸ਼ਖਸੀਅਤ ਹੈ ਤੇ ਉਹਦਾ ਨਾਮ ਹੈ ਅਬੂ ਬਕਰ ਸਦੀਕ। ਬਰਕਾ ਗੌਰ ਕਰਿਆ, ਖੁਦਾਰਾ ਤਵੱਜੋ ਕਰਿਆ ਜੀ, ਮੈਂ ਇਤਨਾ ਬੜਾ ਖਤੀਬ ਨਹੀਂ, ਅਦੀਬ ਨਹੀਂ, ਸ਼ਾਇਰ ਨਹੀਂ, ਵਾਇਜ਼ ਨਹੀਂ, ਲੈਕਚਰਾਰ ਨਹੀਂ, ਮੁਅੱਰਖ ਨਹੀਂ, ਤਾਰੀਖਦਾਨ ਨਹੀਂ ਗਾ, ਮੈਂ ਤੇ ਹਾਲਾਤ ਦਾ ਉਜੜਿਆ ਫਕੀਰ ਆ, ਉਹ ਗਲਵੇੜੇ ਦੇ ਰਹਿਣ ਵਾਲੇ ਆ। ਮੈਂ ਤੇਰੇ ਦਰਵਾਜ਼ੇ ਤੇ ਆਇਆ ਵਾਂ, ਮੈਂ ਅੱਲਾ ਦਾ ਕੁਰਾਨ ਸੁਣਾਉਣ ਆਇਆ ਵਾਂ, ਮੈਂ ਨਬੀ ਦਾ ਪੈਗਾਮ ਪਹੁੰਚਾਉਣ ਆਇਆ ਵਾਂ, ਮੈਂ ਤੇ ਤੌਹੀਦ ਦਾ ਝੰਡਾ ਲਹਿਰਾਉਣ ਆਇਆ ਵਾਂ, ਮੈਂ ਤੁਹਾਡੀਆਂ ਜੋਲੀਆਂ ਦੇ ਅੰਦਰ ਪੈਗੰਬਰ ਦੀ ਸੁਨਤ ਦੇ ਫੁੱਲਾਂ ਦੀ ਖੁਸ਼ਬੂ ਨੂੰ ਪਾਉਣ ਆਇਆ ਵਾਂ। ਇਸ ਦੇ ਅਕਬਰ ਦਾ ਆਖਰੀ ਵਕਤ ਆਇਆ, ਬਿਮਾਰ ਹੋਏ ਨੇ, ਆਪਣੇ ਅੱਲਾ ਅਕਬਰ ਕਬੀਆ ਘਰ ਵਾਲਿਆਂ ਨੂੰ ਪੈਗਾਮ ਦਿੱਤਾ ਕਿ ਮੇਰੀ ਬੇਟੀ ਆਇਸ਼ਾ ਨੂੰ ਬੁਲਾਇਆ ਜਾਏ। ਸਯਦਾ ਆਇਸ਼ਾ ਸਦੀਕਾ ਰਜ਼ੀ ਅੱਲਾ ਤਾਲਾ ਨੂੰ ਬੁਲਾਇਆ ਗਿਆ ਵੇ, ਜਦੋਂ ਅੰਮੀ ਜਾਣ ਆਇਸ਼ਾ ਸਦੀਕਾ ਰਜ਼ੀ ਅੱਲਾ ਤਾਲਾ ਨਾਲ ਆਪਣੇ ਬਾਪ ਅਬੂਬਕਰ ਸਦੀਕ ਦੇ ਘਰ ਅੰਦਰ ਤਸ਼ਰੀਫ ਲਿਆਈਆਂ ਨੇ, ਐਨ ਕਰਕੇ ਦੇਖਿਆ ਕਿ ਮੇਰੇ ਅੱਬੂ ਦੀ ਤਬੀਅਤ ਬੜੀ ਖਰਾਬ ਏ, ਐਨ ਕਰਕੇ ਆਖਰੀ ਸਾਹਾਂ ਦੇ ਅੰਦਰ ਆਪ ਨੇ ਫਰਮਾਇਆ, ਮੇਰੀ ਪਿਆਰੀ ਬੇਟਾ ਬੇਟੀ ਵੇ ਨਾ ਘਰ ਅੰਦਰ ਕੋਈ ਕੱਪੜਾ ਮੌਜੂਦ ਏ,
اللہ اکبر کبیرہ تے حضرت عائشہ رضی اللہ تعالیٰ عنہ کہن لگیاں ابو جی پورے گھر وچ ایک پرانی چادر موجود ہے تواڈے کفن واسطے کپڑا موجود کوئی نہیں اماں جی گل کر کے رون لگ پیاں صحابہ کے آرزو میری اور تیری امی جان سیدہ حضرت عائشہ رضی اللہ تعالیٰ عنہ رون لگ پیاں تے میرے ابو بکر صدیق بیٹی دی گل سن کے رون لگ پے فرمایا بیٹی نواں کفن ہوے یا پرانا ہوے کی مسئلہ بندا ہوے اصل دے اندر اگر میرے عمل چنگے ہوئے تے قبر اندر جنت دا لباس مل جائے گا لیکن میں دسنا چاہنا وقت دا حکمران لیکن آخری وقت دے کار اندر کفن جو کہ پیسے موجود کونی نیا کفن موجود کونی آپ نے فرمایا نہیں میری پیاری عائشہ اگر میری وفات تو بعد میرا یار عمر کفن لے کر کے آ جاوے تے کسے بیوہ یتیم نو دے دیا جے اگر میرا یار عثمان کفن لے آوے اگر میرا پیارا علی مرتضیٰ میرے واسطے کفن لے آوے اے میری بیٹی زندے نالوں اللہ اکبر کا مردے نالوں زندہ زیادہ حقدار ہوندہ وے او کفن کسے غریب تے یتیم تے بیوہ دے اندر انہوں تقسیم کر دیا جے دے دیا جے اللہ اکبر کبیرہ او وقت بھی آ گیا نا صدیق اکبر فوت ہو گئے نے این کر کے میرے نبی دے یار دا جنازہ اٹھے آوے این مدینے دیاں گلیاں دے اندر حضرت عمر فاروق حضرت عثمان علی مرتضیٰ دیگر صحابہ اکرام این کر کے جنازہ لے کر کے مدینے دیاں گلیاں تو چل دے جا رہے نے چل دیاں فی سکا کی مدینہ اے مدینے دیاں گلیاں دے اندر ایک انج دا گلی آئیے ایک انج دا موڑ آیا وے ایک دروازہ کھل آوے دو چھوٹے چھوٹے مسوم بچے ایک دروازے چو باہر نکلے نے اپنے گھر چو باہر نکلے تے چار پائی دے سامنے آ گئے جنازے دی چار پائی دے اور کہن لگے چاچو عمر جی جنازہ تھلے رکھ دیو نا اے عثمان جی جنازہ روکو نا اے علی جی جنازہ تھلے رکھ دیو نا اے نہ بچیاں نے جنازہ رکھوا دتا وے صدیق اکبر دا جنازہ اینج کر کے مدینے دے بازار تے گلی اندر رکھیا گیا وے میرے نبی دا پیارا یار عمر دوڑ کے اگے آیا وے فرمایا بچیو اگر میرے یار ابو بکر نے کوئی تواڈا قرضہ دینا وے میں عمر ادا کر دیاں گا جنازہ اگے جا لین دی ہوئے بچے روئی جان دینے حضرت عثمان اگے فرمایا بیٹا اگر ابو بکر صدیق نے کوئی چیز تواڈی دینی ہے کوئی لین دینے تے میں عثمان حاضر ہوں اللہ اکبر لیکن بچے چیخاں مار کے رون دینے بچیاں نے کنج دا جملہ بولیا اللہ اکبر کبیرہ کے سارے صحابہ نو روا کے رکھ دیتا صحابہ کے آن دو اے کہن لگے یار عمر تسی نہیں جان دے اے ابو ہے جناب عثمان دی توانو نہیں پتا اے ابو بکر صدیق وقت دا خلیفہ وے اے دونوں یتیم بچے رو کے کہن دے جدو دے اسی یتیم ہویا ساڑے کر دا سارا خرچہ چل دا سی تے ابو بکر دی جیب وچوں چلیا کر دا سی فرمایا جسی ابو بکر صدیق رضی اللہ تعالیٰ عنہ کلو اسی یہ سوار کرنا چاہتے تھا جان تو سانو کندے حوالے کر کے جا رہے ہو اللہ جان دے یتیم نہیں رویا یتیمی رو پئیے ابو بکر صدیق دی اللہ انیاں نیکیاں نے حضرت عمر گلہ سن کے رو پہنے حضرت عثمان بھی رو پہ کہن لگے اللہ دی قسمے اے ساڑے نال چلن پھرن والے ابو بکر صدیق نے لیکن سانو نہیں پتا کہ ادھی رات نوٹ کر کے کنا بیوہ دے کران دے اندر یتیمہ دے کران دے اندر اینج مسکینہ دے کران دے اندر راشن پیجن والے نے اونا دے سارے معاملہ چلان والے نے اللہ اکبر کہ وَيَا خِرُّونَ لِلْعَذْقَانِ يَبْقُونَ وَيَزِيدُهُمْ خُشُوَا اللہ اکبر کبیرہ اے غور کریا جامع ترمذی دی روایت حضرت عثمان رضی اللہ تعالیٰ عنہ اینج کر کے چلتے جارنے قبرستان آ گیا اللہ اینا دا غلام ہانی بھی نالے اے کہن لگا کانا عثمانو اذا واقع والا قبرن بکا این کر کے حضرت عثمان ایک پرانی تے ویران ٹٹھی جی قبر دے کول جا کے اینج بیٹھ گئے تے زارو قطار رول لگ پینے اللہ غلام بار بار بلا رہے لیکن حضرت عثمان غلام دی گل سن دے کوئی نہیں اللہ اکبر کبیرہ غور کرے آڑے حتی یا بلہ لہیا دو حتی کہ عثمان دی داڑی مبارک آن سوانا تارو گی صحابہ کے آن دو اے ہم اونا دا غلام ہانی سوال کر دا
دیگر ساتھیاں سوال کیتا یار عثمان تو عثمان جنوں نبی پاک نے ایک ایک مقام تے نو نو مرتبہ فرمایا ماں ذرہ عثمان ماں ملا بعد الیوم عثمان فی الجنہ میرا عثمان کوئی نیکی بھی نہ کرے پھر بھی جنتی ہے تسی قبر نو ویکھ کے نہ کیوں روندے جی فرمایا میں اللہ دے پاک پیغمبر تو سمیر تو اوزو نہ آیا اپنے کناں نال سنیا وے آخرت دیاں منزلاں وچوں سب تو سخت منزل ہے تے قبر دی منزل فرمایا قبر اندر نہ ماں نال جائے گی نہ پیو نال جائے گا نہ بیٹا نال ہوئے گا نہ بیٹی نال ہوئے گی نہ بیوی نال ہوئے گی نہ بیلی سجن یار سب کو چھڑ کر کے واپس آئیں گے نہ تو پرانی نہ چھا بندیا نہ پیو رہنا نہ ماں بندیا نہ تو پرانی نہ چھا بندیا نہ پیو رہنا نہ ماں بندیا ہر شین آخر مک جانا ہر شین آخر مک جانا جانا ایک رہنا رب دا نا بندیا نہ تو پرانی نہ چھا بندیا نہ پیو رہنا نہ ماں بندیا اج مٹی پیراں تھلے ہے کل مٹی ہیٹھاں تو ہونا اج مٹی پیراں تھلے ہے کل مٹی ہیٹھاں تو ہونا جد پتا ہے سب نے ٹر جانا پھر کاہدے لئی رونا دونا اڈیق دیا ਕਬਰਾਂ ਬੰਦਿਆਂ ਉਡੀਕਦੀਆਂ ਕਬਰਾਂ ਬੰਦਿਆਂ ਹਰ ਸ਼ੈਨ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆਂ ਨਾ ਤੂੰ ਪਰਣੀ ਨਾ ਛਾਂ ਬੰਦਿਆਂ ਨਾ ਪਿਓ ਰਹਿਣਾ ਨਾ ਮਾਂ ਬੰਦਿਆਂ ਜਿਹੜੇ ਫੁੱਲ ਸਵੇਰੇ ਖਿੜਦੇ ਨੇ ਸਭ ਸ਼ਾਮ ਨੂੰ ਮੁਰਝਾ ਜਾਣੇ ਤੇਰੇ ਦਾਵੇ ਵਾਦੇ ਸਭ ਬੰਦਿਆਂ ਇੱਕ ਪਲ ਚ ਮੌਤ ਮੁਕਾ ਜਾਣੇ ਫੁੱਲ ਤਿੰਨ ਹੱਥ ਤੇਰੀ ਥਾਂ ਬੰਦਿਆ ਹਰ ਸ਼ੈਨ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ ਨਾ ਤੂੰ ਪਰਣੀ ਨਾ ਛਾ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ فرمایا ہر ایک نے چلے جانا ہے صحابہ کرام آخر نو یاد کر کے روندے موضوع طویلے وقت کلیلے آخری گل کر کے اپنی بات نو ختم کراں اللہ اکبر کبیرہ پھر کدی موقع ملیا تے بیان کرانگے اے مکے اور مدینے دی شان اندر اس گناہگار نے مکے اندر بیٹھ کر کے چند جملے لکھے اے جملے بیان کر کے اپنی بات نو ختم کرنا اے تواڈی سبحان اللہ تو پتہ لگنا کہ کنا کو تانوں پیار ہے مکے اور مدینے نال ਮੱਕੇ ਦੀਆਂ ਸੋਹਣੀਆਂ ਰਾਤਾਂ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਨਾਨਾ ਉੱਚੀ ਕਹਿ ਸੁਭਾਨ ਅੱਲਾ ਹਜ਼ਰਤ ਮੌਲਾਨਾ ਤੀਕ ਰਹਿਮਾਨ ਪਸਰੂਰੀ ਸਾਹਿਬ ਮਹਲਾ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਮੈਂ ਜਾਣ ਵਾਲਾ ਮਾੜਾ ਬੰਦਾ ਵਾਂ ਤੇ ਜੁਮਲੇ ਦੋਜਾ ਸੁਣ ਲੋ ਮੱਕੇ ਦੀਆਂ ਸੋਹਣੀਆਂ ਰਾਤਾਂ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਉਹ ਵਿੱਚ ਹਰਮ ਨਮਾਜ਼ਾਂ ਪੜਦੇ ਰਹੇ ਉਹ ਵਿੱਚ ਹਰਮ ਨਮਾਜ਼ਾਂ ਪੜਦੇ ਰਹੇ ਉਹ ਵਿੱਚ ਹਰਮ ਨਮਾਜ਼ਾਂ ਪੜਦੇ ਰਹੇ ਸੋਹਣੇ ਰੱਬ ਨੂੰ ਰਾਜ਼ੀ ਕਰਦੇ ਰਹੇ ਇਮਾਮ ਕਾਬਾ ਜਦ ਕੁਰਾਨ ਪੜੇ ਇਮਾਮ ਕਾਬਾ ਜਦ ਕੁਰਾਨ ਪੜੇ ਕਿਆ ਬਾਤਾਂ ਨੇ ਅੰਦਾਜ਼ ਦੀਆਂ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਉਹ ਵਿੱਚ ਮੱਕੇ ਗਲੀਆਂ ਚੱਲਦੇ ਰਹੇ ਉਹ ਵਿੱਚ ਮੱਕੇ ਗਲੀਆਂ ਚੱਲਦੇ ਰਹੇ ਪਹਾੜਾਂ ਦੇ ਉੱਤੇ ਚੜ੍ਹਦੇ ਰਹੇ ਜਬਲੇ ਸੌਰ ਬੜਾਈ ਸੋਹਣਾ ਏ ਜਬਲੇ ਸੌਰ ਬੜਾਈ ਸੋਹਣਾ ਏ ਕਿਆ ਬਾਤਾਂ ਨੇ ਫਿਰ ਗਾ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਮੱਕੇ ਦੀਆਂ ਸੋਹਣੀਆਂ ਰਾਤਾਂ ਕਿਆ ਬਾਤਾਂ ਨੇ ਬਾਜ਼ਾਰ ਦੀਆਂ ਉਹ ਇੱਕ ਕੋਹਨਾ ਰੁਕ ਨਿਜਮਾਨੀ ਏ ਉਹ ਇੱਕ ਕੋਹਨਾ ਰੁਕ ਨਿਜਮਾਨੀ ਏ ਆਕਾ ਦੱਸੀ ਇੱਕ ਨਿਸ਼ਾਨੀ ਏ ਉਹ ਇੱਕ ਕੋਹਨਾ ਰੁਕ ਨਿਜਮਾਨੀ ਏ ਆਕਾ ਦੱਸੀ ਇੱਕ ਨਿਸ਼ਾਨੀ ਏ ਮੁਕਾਮੇ ਇਬਰਾਹੀਮ ਵੀ ਸੋਹਣਾ ਏ ਮੁਕਾਮ ਇਬਰਾਹੀਮ ਵੀ ਸੋਹਣਾ ਏ ਕਿਆ ਬਾਤਾਂ ਨਫਲ ਅਦਾਂ ਦੀਆਂ
मक्के दिया सोहनिया रातां क्या बातां ने बाजार दियां ओ विच काबे पत्थर कालाए ओ विच काबे पत्थर कालाए ना हजरे अस्वद प्यारा है सुनिया का उसनू चुमियाए सुनिया का उसनू चुमियाए सब सिहाबा उसनू चुमियाए मेरे आका उसनू चुमियाए क्या बातां उसदी शान दिया मक्के दिया सोहनिया रातां क्या बातां ने बाजार दिया ओ एक कुएं दी अजब कहानी है जिंदा आबे जम जम पानी है सुनिया का पानी पीता है हर हाजी पानी पींदा है सुनिया का पानी पीता है क्या बातां उसदी शान दिया मक्के दिया सोहनिया रातां क्या बातां ने बाजार दिया ए शाकिर नजम बनाइए ए शाकिर नजम बनाइए नदीम शाकिर नजम बनाइए आज जलसे विच सुनाइए ए शाकिर नजम बनाइए अज जलसे विच सुनाइए ए मजमा बड़ाई सोना है ए मजमा बड़ाई सोना है क्या बातां सुनन सुनांदियां मक्के दियां सोहनियां रातां क्या बातां ने बाजार दियां ओ विच जलसे कैमरा लाया है ओ विच जलसे कैमरा लाया है तैयब कामों की तो आया है ਵਿੱਚ ਜਲਸੇ ਕੈਮਰਾ ਲਾਇਆ ਏ ਤੋਹੀਦ ਚੈਨਲ ਯੂਟਿਊਬ ਤੇ ਇਹਨਾਂ ਦੀ ਰਿਕਾਰਡਿੰਗ ਮਸ਼ਹੂਰ ਏ ਉਹ ਵਿੱਚ ਜਲਸੇ ਕੈਮਰਾ ਲਾਇਆ ਏ ਤੈਯਬ ਕਾਮੋ ਕੀ ਤੋਂ ਆਇਆ ਏ ਇਹਦੀ ਰਿਕਾਰਡਿੰਗ ਬੜੀ ਹੀ ਸੋਹਣੀ ਏ ਇਹਦੀ ਰਿਕਾਰਡਿੰਗ ਬੜੀ ਹੀ ਸੋਹਣੀ ਏ ਕਿਆ ਬਾਤਾਂ ਵੀਡੀਓ ਬਣਾਉਂਦੀਆਂ मक्के दिया सोहनिया रातां क्या बातां ने बाजार दिया अल्लाह के दुआ के अल्लाह पाक मेरा बयान करना तुहाडा सुनना अपनी बारगाह दे अंदर कबूल फरमाए इंशाल्लाह फिर कदी मौका मिलिया ते तफसील नाल बयान करांगे वमा अलैया इल्लल बलागुल मुबीन तौहीद चैनल यूट्यूब तो डाउनलोड कर सकदे हो जेहड़े दोस्त करना चाहन तौहीद चैनल